ਤਾਂ ਵੱਡਾ ਹਾਦਸਾ ਵਾਪਰਿਆ ਏ। ਅੰਗੀਠੀ ਲਾ ਕੇ ਸੁੱਤਾ ਪਰਿਵਾਰ ਸਵੇਰ ਨਹੀਂ ਉੱਠ ਪਾਇਆ, 6 ਜੀਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ 2 ਥਾਵਾਂ 'ਤੇ ਘਟਨਾ ਵਾਪਰੀ ਹੈ। ਇੱਕ ਥਾਂ 'ਤੇ ਇੱਕ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਅਤੇ ਦੂਜੀ ਥਾਂ 'ਤੇ 2 ਜਣਿਆਂ ਦੀ ਮੌਤ ਹੋ ਗਈ ਹੈ। ਦੋਨੇ ਥਾਵਾਂ 'ਤੇ ਮ੍ਰਿਤਕ ਰਾਤ ਵੇਲੇ ਅੰਗੀਠੀ ਲਾ ਕੇ ਸੁੱਤੇ ਸੀ ਤਾਂ ਸਵੇਰ ਉਹ ਨਹੀਂ ਉੱਠ ਪਾਏ। ਅਕਸਰ ਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅੰਗੀਠੀ ਕਮਰੇ ਦੇ ਵਿੱਚ ਬਲੀ ਹੋਈ ਸੀ, ਜਿਸ ਕਰਕੇ ਕਮਰੇ ਦੇ ਅੰਦਰ ਗੈਸ ਬਣ ਜਾਂਦੀ ਹੈ ਅਤੇ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਦਮ ਘੁੱਟਣ ਦੇ ਕਾਰਨ ਅਕਸਰ ਮੌਤਾਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਫਿਰ ਦੁਬਾਰਾ ਇੱਕ ਵਾਰ ਫਿਰ ਘਟਨਾ ਵਾਪਰੀ ਹੈ। ਇੱਕੋ ਰਾਤ ਦੇ ਵਿੱਚ 2 ਥਾਵਾਂ 'ਤੇ ਇਹ ਦਰਦਨਾਕ ਘਟਨਾ ਵਾਪਰੀ, ਜਿੱਥੇ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਅਤੇ ਦੂਜੀ ਥਾਂ 'ਤੇ 2 ਲੋਕਾਂ ਦੀ ਮੌਤ ਹੋ ਗਈ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦਿੱਲੀ ਦੇ ਨੌਰਥ ਦਿੱਲੀ ਖੇੜਾ ਦੀਆਂ, ਜਿੱਥੇ ਰਾਤ ਪਰਿਵਾਰ ਸੁੱਤਾ ਸੀ, ਸਵੇਰ ਉੱਠ ਨਹੀਂ ਪਾਇਆ। ਪਤੀ ਪਤਨੀ ਅਤੇ 2 ਬੱਚਿਆਂ ਦੀ ਲਾਸ਼ ਬਰਾਮਦ ਹੋਈ ਹੈ। ਦਰਵਾਜ਼ਾ ਅੰਦਰੋਂ ਦੀ ਬੰਦ ਸੀ ਅਤੇ ਕਮਰੇ ਦੇ ਵਿੱਚ ਅੰਗੀਠੀ ਜਲੀ ਹੋਈ ਸੀ। ਸ਼ੁਰੂਆਤੀ ਜਾਂਚ ਤੋਂ ਸਮਝ ਆ ਰਿਹਾ ਹੈ ਕਿ ਸਰਦੀਆਂ ਕਰਕੇ, ਅਕਸਰ ਹੀ ਤੁਹਾਨੂੰ ਪਤਾ ਹੈ ਕਿ ਸਰਦੀਆਂ ਤੋਂ ਬਚਣ ਦੇ ਲਈ ਲੋਕ ਅੱਗ ਸੇਕਦੇ ਨੇ, ਹੀਟਰ ਦੀ ਗਰਮੈਸ਼ ਨਾਲ ਆਪਣਾ ਪੂਰਾ ਕਮਰਾ ਗਰਮ ਕਰ ਰੱਖਦੇ ਨੇ, ਘਰ ਗਰਮ ਰੱਖਦੇ ਨੇ ਤਾਂ ਕਿ ਠੰਡ ਤੋਂ ਬਚ ਸਕਣ। ਅਤੇ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਸਾਡੀ ਸਹੂਲਤ ਦੇ ਲਈ ਹੁੰਦੀਆਂ ਨੇ, ਇਹ ਨੁਕਸਾਨ ਵੀ ਪਹੁੰਚਾ ਦਿੰਦੀਆਂ ਨੇ। ਤਾਂ ਇਸੇ ਤਰੀਕੇ ਦੇ ਨਾਲ ਨੌਰਥ ਦਿੱਲੀ ਦੇ ਵਿੱਚ ਹੋਇਆ ਅਤੇ ਇੱਕ ਸੈਂਟਰ ਦਿੱਲੀ ਦੀ ਇੰਦਰਪੁਰੀ ਇਲਾਕੇ ਦੇ ਵਿੱਚ, ਜਿੱਥੇ 7 ਸਾਲਾਂ 1-8 ਸਾਲਾਂ 2 ਬੱਚੀਆਂ ਦੀ ਮੌਤ ਹੋ ਗਈ ਹੈ। ਧੂੰਏ ਕਰਕੇ ਕਮਰੇ ਦੇ ਵਿੱਚ ਸਫੋਕੇਸ਼ਨ ਹੋ ਗਈ, ਯਾਨੀ ਕਿ ਦਮ ਘੁੱਟਣ ਲੱਗਿਆ ਅਤੇ ਦੋਨਾਂ ਦੀ ਮੌਤ ਹੋ ਗਈ ਹੈ। ਤਾਂ ਵੱਡੀ ਖਬਰ ਹੈ, ਇੱਕ ਜਗ੍ਹਾ ਪੂਰਾ ਪਰਿਵਾਰ ਖਤਮ ਹੋ ਗਿਆ ਅਤੇ ਇੱਕ ਥਾਂ 'ਤੇ 2 ਬੱਚਿਆਂ ਦੀ ਮੌਤ ਹੋ ਗਈ ਹੈ। ਤਾਂ ਇੱਕੋ ਰਾਤ ਦੇ ਵਿੱਚ 6 ਮੌਤਾਂ ਅੰਗੀਠੀ ਕਰਕੇ ਹੋਈਆਂ ਨੇ। ਅਕਸਰ ਹੀ ਸਰਕਾਰਾਂ ਵੱਲੋਂ, ਸਾਡੇ ਨਿਊਜ਼ ਚੈਨਲਾਂ ਦੇ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਰਾਤ ਵੇਲੇ ਕਮਰੇ ਦੇ ਵਿੱਚ ਹੀਟਰ ਬਾਲ ਕੇ ਅਤੇ ਅੰਗੀਠੀ ਬਾਲ ਕੇ ਨਾ ਸੋਇਆ ਜਾਵੇ, ਕਿਉਂਕਿ ਧੂੰਏ ਅਤੇ ਗਰਮੈਸ਼ ਦੇ ਨਾਲ ਕਮਰੇ ਅੰਦਰ ਦੀ ਆਕਸੀਜਨ ਖਤਮ ਹੋ ਜਾਂਦੀ ਹੈ, ਜਿਸ ਕਰਕੇ ਦਮ ਘੁੱਟ ਜਾਂਦਾ ਹੈ ਅਤੇ ਮੌਤ ਵੀ ਹੋ ਜਾਂਦੀ ਹੈ। ਅੱਗੇ ਵੀ ਕਈ ਵਾਰ ਖਬਰਾਂ ਸਾਹਮਣੇ ਆਈਆਂ ਅਤੇ ਇੱਕ ਵਾਰ ਫਿਰ ਇਹ 2 ਘਟਨਾ ਵਾਪਰੀਆਂ ਨੇ, ਉਹ ਵੀ ਦਿੱਲੀ ਦੇ ਵਿੱਚ, ਜਿੱਥੇ 6 ਮੌਤਾਂ ਹੋ ਗਈਆਂ ਨੇ ਅੰਗੀਠੀ ਕਰਕੇ। ਇਹ 6:40 AM ਕੋ ਹਮਕੋ PCR ਕਾਲ ਮਿਲੀ ਥੀ ਥਾਣਾ ਅਲੀਪੁਰ ਕੇ ਜਾਨੇ ਤੋ ਯੇ ਕਿ ਕੁਛ ਲੋਕ ਜੋ ਹੈ ਅਨਕਾਂਸ਼ਸ ਹੈ, ਮਤਲਬ ਹਿਲ ਨਹੀਂ ਰਹੇ। ਤੋ PCR ਕੀ ਔਰ ERV ਕੀ ਗਾੜੀ ਪਹੁੰਚੀ ਮੌਕੇ ਪੇ, ਐਂਡ ਫਿਰ ਉਹ ਖਿੜਕੀ ਤੋੜ ਕੇ ਅੰਦਰ ਸੇ ਇੱਕ ਆਦਮੀ ਘੁਸ ਕੇ ਉਹਨਾਂ ਨੇ ਦਰਵਾਜ਼ਾ ਖੋਲਿਆ। ਤੋ ਯਹੀ ਇਨੀਸ਼ੀਅਲ ਇਨਵੈਸਟੀਗੇਸ਼ਨ ਮੈਂ ਯਹੀ ਪਤਾ ਚਲਾ ਕਿ ਸਭੀ ਕੀ ਡੈਥ ਹੋ ਰੱਖੀ ਹੈ, ਜਿਸਮੇ 2 ਐਡਲਟਸ ਹੈ, ਇੱਕ ਮੇਲ ਇੱਕ ਫੀਮੇਲ ਔਰ 2 ਬੱਚੇ, 2 ਮੇਲ ਚਿਲਡਰਨ। ਪ੍ਰਾਈਮਰ ਫੇਸੀ ਅਭੀ ਫੋਰੈਂਸਿਕ ਟੀਮ ਕੋ ਬੁਲਾਇਆ ਹੈ ਔਰ ਜੋ ਅੰਗੀਠੀ ਜਲਾ ਰਹੇ ਹੈ ਉਸਕੇ ਸੈਂਪਲਸ ਹਮਨੇ ਲੈ ਲਿਏ ਹੈ, ਅੰਗੀਠੀ ਵੀ ਹਮ ਇਸ ਕੇਸ ਕੋ ਲੈ ਰਹੇ ਹੈ। ਤੋ ਸਸਪੈਸ਼ਨ ਤੋ ਯਹੀ ਹੈ ਕਿ ਉਹ ਸਫੋਕੇਸ਼ਨ ਸੇ ਡੈਥ ਹੋਈ ਹੋਗੀ, ਬਟ ਯੂ ਆਰ ਨਾਟ ਰੂਲਿੰਗ ਆਊਟ ਐਨੀ ਐਂਗਲਸ, ਪੋਸਟਮਾਰਟਮ ਔਰ ਬਾਕੀ ਇਨਵੈਸਟੀਗੇਸ਼ਨ।